ਬੀਨਗਰ ਵਿਕਰਮ ਸਿੰਘ। ਮਸਲਾ ਕੋਈ ਖਾਸ ਨਹੀਂ ਹੈਗਾ, ਥੋੜ੍ਹੀ ਬਹੁਤੀ ਲੜਾਈ ਹੋਈ ਆ, ਤੂੰ ਤੂੰ ਮੈਂ ਹੋਈ ਆ, ਇਹਨਾਂ ਨੇ ਬਸ ਡੰਡਾ ਮਾਰਿਆ ਸਿਰ 'ਚ, ਮੁਖਬੀਰ ਸਿੰਘ ਅਤੇ ਕੁਲਦੀਪ ਸਿੰਘ ਨੇ, ਮੇਰੇ ਪਿਓ ਦੇ ਮੇਰੇ ਫਾਦਰ ਦੇ ਡੈਥ ਹੋ ਗਈ, ਉਹਨੇ ਸਵਰਨ ਸਿੰਘ ਆ ਜਿਹਨਾਂ ਦੀ ਡੈਥ ਹੋਈ ਆ, 70 ਸਾਲ ਉਮਰ ਆ। ਹਾਂ, ਕਾਰਨ ਵਜ੍ਹਾ ਇੱਕ ਪਿੰਡ ਸਟੇਡੀਅਮ ਦਾ ਰੌਲਾ ਥੋੜ੍ਹਾ ਜਿਹਾ, ਉਹ ਸਟੇਡੀਅਮ ਕਹਿੰਦੇ ਅਸੀਂ ਬਣਾਉਣਾ, ਜ਼ਮੀਨ ਆ ਪੰਚਾਇਤੀ ਸਾਡੀ, ਉੱਥੇ ਤੂੜੀ ਪਈ ਸੀ, ਇਹ ਇੰਨੀ ਗੱਲ ਕਰਦਾ ਰਿਹਾ ਵੀ ਮੇਰੀ ਤੂੜੀ ਕਿਉਂ ਕਾਲਦੇ ਨੇ, ਮੈਨੂੰ ਚੁੱਕ ਤਾਂ ਲੈਣ ਦਿਓ, ਮੈਂ ਕਿਤੇ ਰੱਖ ਤਾਂ ਲਵਾਂ, ਮੈਂ ਐਸੇ ਗੱਲ ਤੋਂ ਬਸ ਹੋਈ ਆ, ਅਤੇ ਇਹਨਾਂ ਨੇ ਡੰਡਾ ਮਾਰ ਕੇ ਮਾਰਤਾ, ਇਹਨਾਂ ਨੇ ਡੰਡੇ ਮਾਰ ਮਾਰ ਕੇ ਛਿੜਤਾ, ਇਹ ਕੱਲ੍ਹ ਦੀ ਗੱਲ ਆ, 6:30 ਵਜੇ ਦੀ ਗੱਲ। ਹਾਂ, ਇਹੀ ਮਸਲਾ ਸੀ, ਕੋਈ ਹੋਰ ਮਸਲਾ ਹੈ ਹੀ ਨਹੀਂ ਕੋਈ ਪਿੰਡ 'ਚ, ਕੋਈ ਆਪਣੀ ਕੋਈ ਜ਼ਮੀਨਦਾਰ ਰੌਲਾ ਨਹੀਂ, ਜ਼ਮੀਨਾਂ ਹੈ ਹੀ ਨਹੀਂ ਇਹਨਾਂ ਕੋਲ, ਵੇਚ ਵੇਚ ਕੇ ਖਾ ਗਿਆ। ਮੇਰਾ ਜਿਹੜਾ ਪਿਓ ਸੀ ਇਹ ਮੈਂਬਰ ਸੀ, ਮੌਜੂਦਾ ਮੈਂਬਰ ਸੀ, ਹੁਣ ਦਾ ਦੂਜੀ ਧਿਰ ਵਾਲੇ ਤਾਂ ਵਿਹਲੜ ਨੇ, ਨਸ਼ੇੜੀ ਬੰਦੇ ਨੇ, ਉਹ ਚਿੱਟਾ ਖਾਂਦੇ ਨੇ ਚਿੱਟਾ, ਕਈ ਰਿਪੋਰਟਾਂ, ਹੁਣ ਮੁੰਡਾ ਇਹ ਜੇਲ੍ਹ 'ਚ ਰਹਿ ਕੇ ਆਇਆ 3 ਮਹੀਨੇ, ਪਿੰਡ ਦੇਵੀ ਨਗਰ ਪਿੰਡ। ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਕਿ ਇਹਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਆ, ਪੋਸਟਮਾਰਟਮ ਹੋ ਰਿਹਾ ਹੁਣ। ਇਹ CCTV 'ਚ ਵੀਡੀਓ ਬਣ ਗਈ, ਇੱਧਰੋਂ ਜਾਂਦੇ ਵੀ ਦੇਖ, ਤੁਸੀਂ ਦੇਖ ਲਿਓ, ਜਾਂਦੇ ਜਾ ਰਹੇ ਨੇ, ਮਿੱਥ ਕੇ ਇਹਨਾਂ ਨੇ ਮਾਰਿਆ ਲਾ, ਕੋਈ ਇਹ ਨਹੀਂ ਵੀ ਕੋਈ। ਕਿੰਨੇ ਬੰਦੇ ਸੀਗੇ? ਦੋ ਤਾਂ ਬੰਦੇ ਆ ਗਏ ਸਾਹਮਣੇ, ਦੋ ਬੰਦੇ ਹੋਰ ਨੇ ਜਿਹੜੇ ਪਿੱਛੇ ਗੱਲਾਂ ਬਾਤਾਂ ਕਰਦੇ, ਇਹਨਾਂ ਨੇ ਜਿਨ੍ਹਾਂ ਨੇ ਸ਼ਹਿ ਦਿੱਤੀ ਹੈ। ਹੈਂ, ਕੰਬਾਈਨਾਂ ਤਾਂ ਖੜੀਆਂ ਨੇ, ਮੇਰੀ ਮਸ਼ੀਨ ਕੋਲ ਤਾਂ ਬੈਠਾ ਸੀ ਇਹ ਸਵੇਰ ਦਾ ਹੀ। ਹਾਂ ਹਾਂ, ਮੇਰੀ ਮਸ਼ੀਨ ਖੋਲ੍ਹੀ ਹੋਈ ਆ, ਉੱਥੇ ਬੈਠਾ ਸੀ। ਹਾਂ, ਸਵੇਰ ਦਾ ਮੈਂ ਮਸ਼ੀਨ ਲੈ ਕੇ ਕਿਤੇ ਗਿਆ ਹੋਇਆ ਸੀ, ਸਮਾਨ ਪਿਆ ਸੀ, ਉੱਥੇ ਬੈਠਾ ਸੀ ਸਮਾਨ ਕੋਲ। ਤੂੰ ਮੈਂ ਵੀ ਹੋਈ ਆ, ਹਾਂ ਆਪਣੇ ਆਪ 'ਚ ਹੀ ਹੋਈ ਇਹਨਾਂ ਦੀ, ਸਾਨੂੰ ਤਾਂ ਪਤਾ ਵੀ ਨਹੀਂ, ਸਾਨੂੰ ਤਾਂ 6 ਵਜੇ ਪਤਾ ਲੱਗਿਆ ਵੀ ਆਹ ਗੱਲ ਹੋਈ ਆ। ਮੌਕੇ 'ਤੇ ਡੈਥ ਹੋ ਗਈ, ਮਾਰੇ ਹੀ ਬਹੁਤ ਬੁਰੀ ਤਰ੍ਹਾਂ ਨਾਲ। ਜਗਦੀਪ ਸਿੰਘ ਜੀ, ਇਹ ਮੇਰਾ ਭਰਾ ਜੀ, ਮੇਰਾ ਨਾਮ ਸਵਰਨ ਸਿੰਘ। ਹਾਂਜੀ ਹਾਂਜੀ, ਕਿੰਨੀ ਉਮਰ ਸੀ? ਉਮਰ ਹੈਗੀ 60 ਸਾਲ ਦੀ। ਇਹ ਮਸਲਾ ਕੁੱਲ ਜੀ ਮਾੜਾ ਮੋਟੀ ਤੂੜੀ ਦਾ ਝਗੜਾ ਸੀ, ਇਹ ਉੱਥੋਂ ਦੀ ਮਸ਼ੀਨ ਜਿਹੜੀ ਮੰਡੀਰ ਹੈ ਇਹ ਉੱਥੇ ਬਣਾ ਰਹੀ ਆ ਗਰਾਊਂਡ, ਇਹਨੇ ਉਹ ਤੂੜੀ ਚੱਕਣ ਤੋਂ ਬਸ ਗੱਲਬਾਤ ਹੋਈ ਆ ਮਾੜੀ ਮੋਟੀ, ਬਾਕੀ ਮੈਂ ਡਿਊਟੀ ਕਰਦਾ ਪਾਸੇ ਹੋਰ ਪਿੰਡ ਆਟੀ ਸਿੰਘ ਦੀ, ਅਤੇ ਬਾਕੀ ਜਿਹੜੇ ਬੰਦੇ ਜਿਹੜੇ ਇਹਦਾ ਕੰਮ ਕਰਵਾਉਣ ਵਾਲੇ ਨੇ ਉਹ ਬੰਦੇ ਸਾਈਡ 'ਤੇ ਨੇ, ਉਹ ਬੰਦਿਆਂ ਦਾ ਨਾਂ ਨਹੀਂ ਲਿਖਿਆ ਜਾ ਰਿਹਾ, ਸਾਨੂੰ ਕੋਈ ਇਨਸਾਫ ਨਹੀਂ ਮਿਲਿਆ ਹੈਗਾ, ਸਾਨੂੰ ਲਿਜਾ ਕੇ ਪਛਾਣੇ ਉੱਥੇ ਆਪਦਾ ਗੁੰਮਰਾਹ ਕਰਤਾ ਬਸ, ਬਾਕੀ ਬੰਦੇ ਭਜਾ ਤੇ ਅਤੇ ਇਹ ਬੰਦਿਆਂ ਨੂੰ ਆ ਕੇ। ਹਾਂਜੀ, ਕਿਹੜੇ ਬੰਦੇ ਮੇਨ ਨੇ ਜਿਹਨਾਂ ਨੇ ਕਤਲ ਕਰਿਆ? ਇਹ ਦੋ ਨੇ ਜੀ, ਬਾਕੀ ਸਾਈਡ 'ਤੇ ਹੋ ਗਏ ਬੰਦੇ, ਇਹ ਦੋ ਬੰਦੇ ਵੀਡੀਓ 'ਚ ਆ ਰਹੇ ਨੇ, ਬਾਕੀ ਬੰਦੇ ਸਾਈਡ 'ਤੇ ਨੇ। ਹਾਂਜੀ ਹਾਂ, ਬਾਕੀ ਹੋਰ ਪਿੰਡ ਦੇ ਆ ਗਏ ਨੇ ਵਿੱਚ। ਹਾਂ, ਤੂੜੀ ਦੇ ਬਸ ਜੀ, ਉੱਥੋਂ ਉਹਨੇ ਕਿਹਾ ਚਲੋ ਕੋਈ ਮਾੜੀ ਮੋਟੀ ਠੀਕ ਮੰਨਦੇ ਸੀ, ਗਾਲੀ ਗੁਲੋ 'ਚ ਕੀਤਾ ਉਹਨਾਂ ਨੇ, ਇਹਨਾਂ ਚੱਕ ਕੇ ਉਹਦੇ ਨਾਲ ਮੁੰਡੇ ਨਾਲ ਸਿਰ 'ਚ ਮਾਰਿਆ ਉਹਦੇ, ਅੱਧੀ ਤੂੜੀਆਂ ਨੇ ਚੱਕੀ ਹੋਈ ਸੀ। ਇਹ ਮੰਗ ਇਹ ਕਰਦੇ ਜੀ, ਜਿਹੜੇ ਬੰਦੇ ਨੇ ਕੀਤਾ ਕਤਲ, ਇਹ ਚਿੱਟੇ ਦਾ ਆਦੀ ਆ, ਔਰ ਚਿੱਟਾ ਵੇਚਦੇ ਨੇ ਔਰ ਚਿੱਟਾ ਖਾਂਦੇ ਨੇ। ਹਾਂਜੀ, ਬਾਕੀ ਸਾਨੂੰ ਸਾਡਾ ਇਨਸਾਫ ਮਿਲਣਾ ਚਾਹੀਦਾ, ਪੂਰੀ ਕਾਰਵਾਈ ਹੋਣੀ ਚਾਹੀਦੀ, ਅਸੀਂ ਗਰੀਬ ਆਦਮੀ ਹਾਂ, ਹਾਲੇ ਤੱਕ ਸਾਡੀ ਕੋਈ ਨਹੀਂ ਅਸੀਂ ਤਾਂ ਅਸਤ ਜੀ ਦੇ ਪੇਸ਼ ਹੋਣਾ, ਨਹੀਂ ਉੱਤਰ ਅਸੀਂ ਆਉਣੀ ਹੋ। ਹਾਂਜੀ, ਇਹ ਕੱਲ੍ਹ ਸਾਡੇ ਕੋਲ ਰਾਤ ਇਤਲਾਹ ਆਈ ਸੀ ਵੀ ਸਵਰਨ ਸਿੰਘ ਹੈ ਆਪਣਾ ਦੇਵੀ ਨਗਰ ਦੇ ਰਹਿਣ ਵਾਲੇ, ਇਹਨਾਂ ਦੇ ਕੱਲ੍ਹ ਵੀ ਕਤਲ ਹੋ ਚੁੱਕੇ, ਜਿਸ ਸੰਬੰਧੀ ਅੱਜ ਉਹਦੇ ਕਾਰਵਾਈ ਕਰਦੇ ਹੋਏ ਸੀ, ਮੁਕੱਦਮਾ ਨੰਬਰ 127।
ਅਧੀਨ ਧਾਰਾ 103 ਤੇ 35 DNS ਤੇ ਦਰਜ ਕਰਤਾ ਥਾਣਾ ਪਛਿਆਣਾ ਤੇ ਹੁਣ ਲਾਸ਼ ਦਾ ਪੋਸਟਮਾਰਟਮ ਕਰਾ ਰਹੇ ਹਾਂ ਤੇ ਉਹ ਤੋਂ ਬਾਅਦ ਜਿਹੜਾ ਹੈਗਾ ਬਾਕੀ ਕਾਰਵਾਈ ਅਮਲ ਚ ਲਿਆਵਾਂਗੇ ਤੇ ਇਹਨਾਂ ਦੀ ਕੋਈ ਪੁਰਾਣੀ ਜੋ ਹਜੇ ਤੱਕ ਆਇਆ ਮੁੱਢਲੀ ਹੁਣ ਸਾਡੀ ਤਫਤੀਸ਼ ਇਹ ਆਇਆ ਵੀ ਇਹਨਾਂ ਦਾ ਆਪਸ ਚ ਕੋਈ ਇੱਕ ਡਿਸਪਿਊਟ ਚੱਲ ਰਿਹਾ ਸੀਗਾ ਉੱਥੇ ਪਿੰਡ ਦੀ ਜਗ੍ਹਾ ਨੂੰ ਕੁਛ ਲੈ ਕੇ ਉਸ ਸੰਬੰਧੀ ਇਹਨਾਂ ਦੇ ਆਪਸ ਚ ਲੋਕ ਚੋਕ ਚੱਲ ਰਹੀ ਸੀ ਉਸ ਰਿਕਾਰਡਿੰਗ ਚ ਹੋਇਆ ਨਹੀਂ ਰਿਸ਼ਤੇਦਾਰ ਨਹੀਂ ਰਿਸ਼ਤੇਦਾਰ ਨਹੀਂ ਹਾਂ ਉਹ ਅਸੀਂ ਜਲਦੀ ਜਲਦੀ ਗ੍ਰਿਫਤਾਰ ਕਰ ਲਾਂਗੇ ਜੋ ਵੀ ਸਾਡੀ ਕਾਰਵਾਈ ਹੋ ਸਕਦੀ ਹੈ ਉਮਰ ਕਿੰਨੀ ਹੋਈ ਤੇਰੀ ਇਹਨੇ ਅਰਾਊਂਡ 68 ਇਅਰਸ ਨਾ ਹੋਵੋ ਪਰੇਸ਼ਾਨ ਸਾਰੇ ਇਲਮਾਂ ਦੀ ਕਾਟ ਮੇਰੇ ਕੋਲ ਬੇਗਮ ਸ਼ਹਿਨਾਜ ਜੀ 25 ਸਾਲ ਦਾ ਤਜਰਬਾ 9 ਇਲਮਾਂ ਦੀ ਤਾਕਤ ਮੇਰੇ ਕਿੱਤੇ ਨੂੰ ਕੋਈ ਕੱਟ ਨਹੀਂ ਸਕਦਾ ਮਨ ਚਾਹੇ ਪਿਆਰ ਲਈ ਮਾਤਾ ਪਿਤਾ ਨੂੰ ਮਨਾਉਣਾ ਪਤੀ ਪਤਨੀ 'ਚ ਅਣਬਣ ਜਾਂ ਘਰੇਲੂ ਕਲੇਸ਼ ਨੌਕਰੀ ਜਾਂ ਕਾਰੋਬਾਰ ਵਿੱਚ ਰੁਕਾਵਟ ਗ੍ਰੀਨ ਕਾਰਡ ਤੇ PR ਵਿੱਚ ਰੁਕਾਵਟ ਵਸ਼ੀਕਰਨ ਜਾਦੂ ਟੂਣਾ ਗੁਪਤ ਵਸ਼ੀਕਰਨ ਕਰਵਾਓ ਮਨ ਚਾਹਾ ਪ੍ਰੇਮੀ ਪ੍ਰੇਮਿਕਾ ਵਸ਼ ਵਿੱਚ ਕਰੋ ਲਾਟਰੀ ਚਾਹੇ ਕੋਈ ਵੀ ਹੋਵੇ ਜ਼ਰੂਰ ਨਿਕਲੇਗੀ ਵਿਸ਼ਵਾਸ ਖੋ ਚੁੱਕੇ ਇੱਕ ਵਾਰ ਫੋਨ ਜ਼ਰੂਰ ਕਰੋ ਅਤੇ ਸੱਚਾਈ ਜਾਣੋ ਤੁਹਾਡਾ ਵਿਸ਼ਵਾਸ ਟੁੱਟਣ ਨਹੀਂ ਦੇਵਾਂਗੀ ਬੇਗਮ ਸ਼ਹਿਨਾਜ ਜੀ ਸੰਪਰਕ ਕਰੋ 87250 4658 8725040658